ਸਾਡਾ ਦੋਸਤ, ਸਾਡਾ ਵੀਰ, ਸਾਡਾ ਭਾਈ ਮੌਲਾਨਾ ਆਸਫ ਨਜ਼ੀਰ ਮੁਹੰਮਦੀ ਸਾਹਿਬ ਹਾਫਿਜ਼ਾਹੁੱਲਾ। ਜ਼ੁਬਾਨ ਦੇ ਅੰਦਰੋਂ ਇੱਕ ਜੁਮਲਾ ਨਿਕਲ ਗਿਆ, ਉਹਦੇ ਉੱਤੇ ਮਾਜ਼ਰਤ ਵੀ ਕਰ ਲਿੱਤੀ, ਮਗਰ ਫੇਸਬੁੱਕ ਦੀਆਂ ਮੁਫਤੀਆਂ ਕੰਮ ਚੁੱਕ ਦਿੱਤਾ ਕਿ ਜੀ ਇਹ ਫਲਾਂ ਹੋ ਗਿਆ, ਇਹਨੇ ਫਲਾਂ ਲਫ਼ਜ਼ ਕਹਿ ਦਿੱਤਾ। ਖੁਦਾੜਾ ਇੱਕ ਅਗਰ ਬਿਆਨ ਕਰਦਿਆਂ ਹੋਇਆ ਕੋਈ ਲਫ਼ਜ਼ ਨਿਕਲ ਜਾਵੇ, ਖੁਦਾੜਾ ਉਹਨੂੰ ਆਪਣਾ ਛੋਟਾ ਵੀਰ, ਛੋਟਾ ਭਾਈ ਸਮਝ ਕੇ, ਆਲਮੇ ਦੀਨ ਸਮਝ ਕੇ ਉਹਨੂੰ ਮਾਫ਼ ਕਰ ਦਿਆ ਕਰੋ। ਫੇਸਬੁੱਕਾਂ ਦੇ ਉੱਤੇ ਗੱਲਾਂ ਨਾ ਉਛਾਲਿਆ ਕਰੋ। ਆਖ ਦੇ ਵਫ਼ਾਦਾਰ ਸਹਾਬਾ ਜਿੰਨਾ ਇਸ ਦੀਨ ਦੇ ਉੱਤੋਂ ਕੱਟ ਗਏ, ਜਾਨਾਂ ਕੁਰਬਾਨ ਕਰ ਦਿੱਤੀਆਂ, ਇਸ ਦੁਨੀਆਂ ਤੋਂ ਚਲੇ ਗਏ, ਦੱਸ ਕਰਕੇ ਚਲੇ ਗਏ, ਅਗਰ ਸਰ ਨੂੰ ਝੁਕਾਉਣਾ ਪਵੇ ਝੁਕਾਉਣਾ ਨਹੀਂ ਹੈ ਬਲਕਿ ਕਟਵਾ ਕੇ ਚਲੇ ਜਾਵੋ। ਅਸੀਂ ਜਨਾਬ ਉਹਨਾਂ ਹਜ਼ਰਤ ਹੁਸੈਨ ਦੀ ਸ਼ਹਾਦਤ ਦੇ ਉੱਤੇ ਹਾਏ ਹਾਏ ਕੀਤਾ ਤੇ ਅਸੀਂ ਕਹਿੰਦੇ ਹਾਂ ਵਾਹ ਹੁਸੈਨ, ਵਾਹ ਹੁਸੈਨ, ਸਰ ਨੂੰ ਕਟਾਇਆ, ਸਰ ਨੂੰ ਝੁਕਾਇਆ ਨਹੀਂ ਹੈ ਬਲਕਿ ਕਟਵਾ ਕੇ ਚਲੇ ਗਏ ਹੋ। ਇਹ ਨੇ ਉਹ ਬਹਾਦਰ, ਅੱਜ ਜਨਾਬ ਉਲਾਮਾ ਦੇ ਬਾਰੇ ਜ਼ੁਬਾਨਾਂ ਖੋਲਣ ਵਾਲੇ, ਉਲਾਮਾ ਦੇ ਬਾਰੇ ਗੱਲਾਂ ਕਰਨ ਵਾਲੇ, ਇਹ ਕਿਹੜੇ ਉਲਾਮਾ ਨੇ ਜਿਹੜੇ ਦਿਨ ਰਾਤ ਸਫ਼ਰ ਕਰਦੇ ਨੇ, ਦਿਨ ਰਾਤ ਨਿਕਲਦੇ ਨੇ, ਐਸੇ ਜਨਾਬ ਜਜ਼ਬੇ ਨੂੰ ਦਿਲ ਦੇ ਅੰਦਰ ਲੈ ਕਰਕੇ ਨਿਕਲਦੇ ਨੇ ਕਿ ਜਾਮੇ ਸ਼ਹਾਦਤ ਨੋਸ਼ ਫਰਮਾ ਜਾਵਾਂਗੇ, ਇਸ ਦੀਨ ਦੇ ਵਾਸਤੇ ਨਿਕਲਾਂਗੇ। ਕਿ ਆਪ ਪਤਾ ਕਿਸ ਟਾਈਮ ਦੇ ਉੱਤੇ ਕੁਛ ਵੀ ਮਾਮਲਾ ਬਣ ਜਾਵੇ, ਸਾਡੀ ਜਮਾਤ ਦੇ ਅਜ਼ੀਮ ਖਤੀਬ, ਸਾਡਾ ਦੋਸਤ, ਸਾਡਾ ਵੀਰ, ਸਾਡਾ ਭਾਈ ਮੌਲਾਨਾ ਆਸਫ ਨਜ਼ੀਰ ਮੁਹੰਮਦੀ ਸਾਹਿਬ ਹਾਫਿਜ਼ਾਹੁੱਲਾ, ਜ਼ੁਬਾਨ ਦੇ ਅੰਦਰੋਂ ਇੱਕ ਜੁਮਲਾ ਨਿਕਲ ਗਿਆ, ਉਹਦੇ ਉੱਤੇ ਮਾਜ਼ਰਤ ਵੀ ਕਰ ਲਿੱਤੀ, ਮਗਰ ਫੇਸਬੁੱਕ ਦੀਆਂ ਮੁਫਤੀਆਂ ਕੰਮ ਚੁੱਕ ਦਿੱਤਾ ਕਿ ਜੀ ਇਹ ਫਲਾਂ ਹੋ ਗਿਆ, ਇਹਨੇ ਫਲਾਂ ਲਫ਼ਜ਼ ਕਹਿ ਦਿੱਤਾ। ਖੁਦਾੜਾ ਇੱਕ ਅਗਰ ਬਿਆਨ ਕਰਦਿਆਂ ਹੋਇਆ ਕੋਈ ਲਫ਼ਜ਼ ਨਿਕਲ ਜਾਵੇ, ਖੁਦਾੜਾ ਉਹਨੂੰ ਆਪਣਾ ਛੋਟਾ ਵੀਰ, ਛੋਟਾ ਭਾਈ ਸਮਝ ਕੇ, ਆਲਮੇ ਦੀਨ ਸਮਝ ਕੇ ਉਹਨੂੰ ਮਾਫ਼ ਕਰ ਦਿਆ ਕਰੋ। ਫੇਸਬੁੱਕਾਂ ਦੇ ਉੱਤੇ ਗੱਲਾਂ ਨਾ ਉਛਾਲਿਆ ਕਰੋ। ਉਹਨਾਂ ਮਾਜ਼ਰਤ ਵੀ ਕਰ ਲਿੱਤੀ, ਫਿਰ ਇਸ ਗੱਲ ਨੂੰ ਉਛਾਲਿਆ ਜਾਂਦਾ। ਹਜ਼ਰਤ ਅਬੂ ਬਕਰ ਸਿੱਦੀਕ ਕੌਣ ਹੈ? ਵਫ਼ਾਦਾਰ ਸਿੱਦੀਕ ਹੈ। ਹਜ਼ਰਤ ਉਮਰ ਕੌਣ ਹੈ? ਵਫ਼ਾਦਾਰ ਹਜ਼ਰਤ ਉਮਰ ਫਾਰੂਕ ਹੈ। ਇਹਨਾਂ ਦੇ ਬਾਰੇ ਜਿਹੜੇ ਜ਼ੁਬਾਨਾਂ ਖੋਲਦੇ ਨੇ, ਉਹ ਤੇ ਅਸੀਂ ਨੀਵੀਆਂ ਪਾ ਕੇ ਬਹਿ ਜਾਂਦੇ ਹਾਂ, ਫਿਰ ਉਹਨਾਂ ਦੀਆਂ ਘੜਾਂ ਦੇ ਅੰਦਰੋਂ ਕੁਝ ਆਵੇ, ਫਿਰ ਕਹਿੰਦੇ ਹਾਂ ਮੌਲਾਨਾ ਤੇ ਰਿਜ਼ਕ ਹੀ ਹੈ, ਨਾਨ ਹਲੀਮੀ ਆਈ ਹੈ, ਹੈ ਤੇ ਖੀੜੀ ਆਈ ਹੈ, ਕੋਈ ਗੱਲ ਨਹੀਂ ਹੈ, ਖਾ ਲਈਏ। ਓਏ ਉਹਨਾਂ ਜਿੰਨਾਂ ਗਾਲੀਆਂ ਕੱਢੀਆਂ, ਬਕਵਾਸਾਂ ਕੀਤੀਆਂ, ਉਹਨਾਂ ਨਾਲ ਯਾਰੀਆਂ ਲਾਈ ਫਿਰਨਾ, ਖੁਦਾੜਾ ਨਬੀ ਪਾਕ ਦੇ ਸਹਾਬਾ ਨਾਲ ਵਫਾ ਕਰ, ਨਬੀ ਪਾਕ ਦੇ ਸਹਾਬਾ ਨਾਲ ਮੁਹੱਬਤ ਕਰ, ਨਬੀ ਪਾਕ ਦੇ ਸਹਾਬਾ ਦੇ ਨਾਲ ਮਰਨਾ ਜੀਣਾ ਬਣਾ ਲੈ, ਨਬੀ ਪਾਕ ਦੇ ਸਹਾਬਾ ਦੇ ਨਾਲ। ਮੈਂ ਕਸਮ ਉਠਾ ਕਰਕੇ ਕਹਿਣਾ, ਜਦੋਂ ਵਫਾ ਕਰੇਗਾ ਦੁਨੀਆਂ ਤੋਂ ਜਾਏਗਾ, ਰੱਬ ਜੰਨਤ ਅਤਾ ਕਰ ਛੱਡਣਗੇ। ਜੰਨਤ ਉਦੋਂ ਮਿਲੇਗੀ ਜਦੋਂ ਇਹਨਾਂ ਦੇ ਨਾਲ ਮੁਹੱਬਤ ਕਰੇਗਾ, ਪਿਆਰ ਕਰੇਗਾ। ਉੱਠਣ ਵਾਲਾ ਉੱਠ ਕਰਕੇ ਕਹਿੰਦਾ, ਮੈਂ ਮਾਂ ਆਇਸ਼ਾ ਨੂੰ ਨਹੀਂ ਮੰਨਦਾ।